ਮਾਰਨਿੰਗ ਟੂ ਆਲ ਆਫ ਯੂ, ਮਾਈ ਸੈਲਫ ਰਾਧਿਕਾ, ਵੋਕੇਸ਼ਨ ਟ੍ਰੇਨਰ ਪਲੰਬਰ ਫਰੋਮ ਗੌਰਮੈਂਟ ਸਮਾਰਟ ਸੀਨੀਅਰ ਸੈਕੈਂਡਰੀ ਸਕੂਲ ਕੋਟ ਸਿੰਘ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ, ਐਂਡ ਮਾਈ ਕੋਆਰਡੀਨੇਟਰ ਨੇਮ ਇਜ਼ ਮਿਸ ਗੁਰਦੀਪ ਕੌਰ, ਐਂਡ ਆਈ ਐਮ ਵਰਕਿੰਗ ਅੰਡਰ ਲੇਬਨੈਟ ਕੰਪਨੀ, ਐਂਡ ਟੂਡੇ ਵੀ ਵਿਲ ਡਿਸਕਸ ਅਬਾਊਟ ਮੋਸਟ ਇੰਪੋਰਟੈਂਟ ਟੋਪਿਕ ਇਨ ਪਲੰਬਿੰਗ ਟ੍ਰੇਡ, ਵਾਟਰ ਕਲੋਜ਼ਟਸ ਐਂਡ ਇਟਸ ਟਾਈਪਸ। ਵਾਟਰ ਕਲੋਜ਼ਰਸ ਐਂਡ ਇਸ ਟਾਈਪ, ਵਾਟਰ ਕਲੋਜ਼ਰਸ ਬਾਰੇ ਦੱਸਾਂਗੇ ਪਹਿਲਾਂ ਤੁਹਾਨੂੰ। ਵਾਟਰ ਕਲੋਜ਼ਰਸ WC ਮੁਕੰਮਲ ਅਤੇ ਅਗਲੀ ਪਖਾਨੇ ਵਿੱਚ ਵਰਤੀ ਜਾਂਦੀ ਹੈ। ਇਸ ਨੂੰ WC ਵੀ ਕਿਹਾ ਜਾਂਦਾ ਹੈ। ਇਸ ਦੀ ਅੰਦਰੂਨੀ ਸਰਤਾ ਗਲਜੀਰ ਦੀ ਹੁੰਦੀ ਹੈ, ਜਿਸ ਨਾਲ ਇਹ ਸਮੂਥ ਅਤੇ ਚੀਕਣੀ ਹੁੰਦੀ ਹੈ ਅਤੇ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ। ਵਾਟਰ ਕਲੋਜ਼ਰਸ 2 ਟਾਈਪਸ ਦੇ ਹੁੰਦੇ ਹਨ। ਇਹ 2 ਕਿਸਮਾਂ ਦੇ ਹੁੰਦੇ ਹਨ, ਫਸਟ ਵਨ ਇੰਡੀਅਨ ਐਂਡ ਸੈਕਿੰਡ ਵਨ ਵੈਸਟਰਨ। ਪਹਿਲਾਂ ਤੁਹਾਨੂੰ ਇੰਡੀਅਨ ਵਾਟਰ ਕਲੋਜ਼ਟਸ ਬਾਰੇ ਦੱਸਾਂਗੇ। ਇਟ ਇਜ਼ ਕਾਮਨਲੀ ਯੂਜ਼ ਇਨ ਐਸਟਰਨ ਪਾਰਟ ਆਫ ਦੀ ਵਰਲਡ। ਇਟ ਇਜ਼ ਸ਼ੇਪਡ ਇਨ ਅ ਵੇ ਦੈਟ ਵਨ ਹੈਜ਼ ਟੂ ਸਿਟ ਔਨ ਵਨਸ ਹੰਜਸ। ਇਟ ਬੇਸਿਨ ਹੈਜ਼ ਐਨ ਇਨਵਰਟਰ ਸਲੋਪ ਟੂਵਾਰਡ ਦੀ ਬੈਕ ਆਫ ਦੀ ਕਲੋਜ਼ਟਸ। ਬਹੁਤ ਹੀ ਵਧੀਆ ਡਾਇਗਰਾਮ ਸ਼ੋਅ ਕੀਤਾ ਗਿਆ ਹੈ। ਇੰਡੀਅਨ ਵਾਟਰ ਕਲੋਜ਼ਰਸ, ਇੱਕ ਭਾਰਤੀ ਵਾਟਰ ਕਲੋਜ਼ਰਸ ਆਮ ਤੌਰ 'ਤੇ ਵਿਸ਼ਵ ਦੇ ਪੂਰਬੀ ਹਿੱਸੇ ਭਾਰਤ ਜਿਵੇਂ ਕਿ ਭਾਰਤ, ਬੰਗਲਾਦੇਸ਼ ਸਮੇਤ ਪਾਕਿਸਤਾਨ, ਸ਼੍ਰੀਲੰਕਾ, ਨੇਪਾਲ ਅਤੇ ਭੂਟਾਨ ਵਿੱਚ ਵਰਤੀ ਜਾਂਦੀ ਹੈ। ਇਸ ਦਾ ਰੂਪ ਇਸ ਤਰ੍ਹਾਂ ਦਾ ਡਿਜ਼ਾਇਨ ਕੀਤਾ ਜਾਂਦਾ ਹੈ ਤਾਂ ਜੋ ਕਿ ਬੈਠਣ ਵਿੱਚ ਆਸਾਨੀ ਹੋਵੇ। ਇਸ ਦੇ ਬੇਸਿਨ ਵਿੱਚ ਇੱਕ ਪਾਸੇ ਢਲਾਣ ਹੁੰਦੀ ਹੈ ਜੋ ਟਰੇਪ ਵੱਲ ਚੁੱਕੀ ਹੁੰਦੀ ਹੈ, ਜਿੱਥੇ ਕਿ ਮਾਇਲ ਡਰੇਨ ਹੁੰਦਾ ਹੈ। ਸੈਕਿੰਡ ਵਨ ਵੈਸਟਰਨ ਵਾਟਰ ਕਲੋਜ਼ਟਸ। ਇਟ ਇਜ਼ ਅ ਵੈਰੀ ਪਾਪੂਲਰ ਐਂਡ ਕਾਮਨਲੀ ਯੂਜ਼ ਇਨ ਦੀ ਵੈਸਟਰਨ ਪਾਰਟ ਆਫ ਦੀ ਵਰਲਡ। ਇਟ ਹੈਜ਼ 2 ਟਾਈਪਸ, ਆ 1 ਪੀਸ ਐਂਡ 2 ਪੀਸ। ਵੈਸਟਰਨ ਵਾਟਰ ਕਲੋਜ਼ਰ ਬਹੁਤ ਮਸ਼ਹੂਰ ਹੈ। ਡਾਇਗਰਾਮ ਸ਼ੋਅ ਕੀਤਾ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ। ਵੈਸਟਰਨ ਵਾਟਰ ਕਲੋਜ਼ਰ ਬਹੁਤ ਮਸ਼ਹੂਰ ਹੈ ਅਤੇ ਵਿਸ਼ਵ ਦੇ ਪੱਛਮੀ ਹਿੱਸੇ ਵਿੱਚ ਆਮ ਤੌਰ 'ਤੇ ਵਰਤੀ ਜਾਂਦੀ ਹੈ। ਇਹ ਕੁਰਸੀ ਦੀ ਸ਼ਕਲ ਦੀ ਹੁੰਦੀ ਹੈ ਅਤੇ ਕੁਰਸੀ ਦੇ ਢੰਗ ਨਾਲ ਵਰਤੀ ਜਾਂਦੀ ਹੈ। ਇਸ ਦੇ ਪਿਛਲੇ ਪਾਸੇ ਤੋਂ ਚੁੱਕੀ ਹੁੰਦੀ ਹੈ ਅਤੇ ਟ੍ਰੇਪ ਦੁਆਰਾ ਮਲ ਡਰੇਨ ਆਊਟ ਕੀਤਾ ਜਾਂਦਾ ਹੈ। ਇਸ ਦੀਆਂ 2 ਕਿਸਮਾਂ ਹਨ, ਜਿਵੇਂ ਕਿ ਇੱਕ ਜਿਸ ਵਿੱਚ ਇੱਕ ਬੇਸਿਨ ਅਤੇ ਇੱਕ ਟ੍ਰੇਪ ਮਿਲ ਕੇ ਵਾਟਰ ਕਲੋਜ਼ਟ ਤਿਆਰ ਕੀਤੀ ਜਾਂਦੀ ਹੈ, ਅਤੇ ਦੂਸਰੀ ਜਿਸ ਵਿੱਚ ਬੇਸਿਨ ਟ੍ਰੇਪ ਵੱਖਰੋ ਵੱਖਰੇ ਤੌਰ 'ਤੇ ਤਿਆਰ ਕੀਤੇ ਜਾਂਦੇ ਹਨ। ਨੈਕਸਟ ਵਨ, ਫਲਸ਼ਿੰਗ ਸਿਸਟਮ। ਆ ਫਲਸ਼ਿੰਗ ਸਿਸਟਮ ਯੂਜ਼ਡ ਫੋਰ ਸਟੋਰੇਜ ਐਂਡ ਡਿਸਚਾਰਜ ਆਫ ਵਾਟਰ ਫਰੋਮ ਫਲਸ਼ਿੰਗ ਆਊਟ ਦੀ ਐਗਜੈਕਟਰਾ ਫਰੋਮ ਅ ਵਾਟਰ ਕਲੋਜ਼ਡ ਐਂਡ ਯੂਰੀਨਲਸ। ਇਟ ਇਜ਼ ਆਲਸੋ ਨੋਨ ਐਜ਼ ਅ ਵਾਟਰ ਵੇਸਟ ਪ੍ਰੀਵੈਂਟਰ ਐਂਡ ਯੂਜ਼ ਟੂ ਥਰੋ ਵਾਟਰ ਇਦ ਪ੍ਰੈਸ਼ਰ ਆਫਟਰ ਯੂਜ ਆਫ ਦੀ ਵਾਟਰ ਕਲੋਜ਼ਡ ਐਂਡ ਯੂਰੀਨਲਸ। ਫਲਸ਼ਿੰਗ ਸਿਸਟਮ ਬਹੁਤ ਵਧੀਆ ਡਾਇਗਰਾਮ ਸ਼ੋਅ ਕੀਤਾ ਗਿਆ ਹੈ। ਫਲਸ਼ਿੰਗ ਸਿਸਟਮ ਇੱਕ ਕਿਸਮ ਦੇ ਛੋਟੀਆਂ ਛੋਟੇ ਪਾਣੀ ਦੀਆਂ ਟੈਂਕੀਆਂ ਹੁੰਦੀਆਂ ਹਨ। ਇਹਨਾਂ ਦੀ ਵਰਤੋਂ ਵਾਟਰ ਕਲੋਜ਼ਟ ਅਤੇ ਯੂਰੀਨਲ ਨੂੰ ਪ੍ਰਯੋਗ ਕਰਨ ਦੇ ਬਾਅਦ ਤੇਜ਼ ਗਤੀ ਨਾਲ ਪਾਣੀ ਸੁੱਟਣ ਦੇ ਲਈ ਕੀਤੀ ਜਾਂਦੀ ਹੈ ਤਾਂ ਜੋ ਵਾਟਰ ਕਲੋਜ਼ਟ ਅਤੇ ਯੂਰੀਨਲ ਸਾਫ਼ ਹੋ ਸਕੇ। ਇਹਨਾਂ ਨੂੰ ਵਾਟਰ ਵੇਸਟ ਪ੍ਰੀਵੈਂਟਰ ਵੀ ਕਿਹਾ ਜਾਂਦਾ ਹੈ। ਨੈਕਸਟ ਵਨ, ਫਲਸ਼ ਟੈਂਕ ਐਂਡ ਬੈਲ ਫਲਸ਼ਿੰਗ ਸਿਸਟਮ। ਪਹਿਲਾਂ ਫਲਸ਼ ਟੈਂਕ ਬਾਰੇ ਗੱਲ ਕਰਾਂਗੇ, ਫਿਰ ਬੈਲ ਫਲਸ਼ਿੰਗ ਬਾਰੇ ਗੱਲ ਕਰਾਂਗੇ। ਦੋਨੋਂ ਹੀ ਬਹੁਤ ਵਧੀਆ ਡਾਇਗਰਾਮ ਸ਼ੋਅ ਕੀਤੇ ਗਏ ਹਨ। ਡਾਇਗਰਾਮ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਸਮਝ ਆਉਂਦੀ ਆ। ਫਲਸ਼ ਟੈਂਕ, ਆ ਫਲਸ਼ ਟੈਂਕ ਟੂ ਹੋਲਡ ਫਲੂਡ ਇਨ ਰਿਵਰਸ ਫੋਰ ਫਲਸ਼ਿੰਗ ਐਂਡ ਅਟੈਚ ਟੂ ਅ ਟੋਇਲਟ। ਫਲਸ਼ ਟੈਂਕ
ਇਸ ਟੈਂਕ ਵਿੱਚ ਪਾਣੀ ਦੀ ਨਿਕਾਸੀ ਹੁੰਦੀ ਹੈ। ਫਲੱਸ਼ ਟੈਂਕ ਫਲੱਸ਼ ਕਰਨ ਲਈ ਰਿਜ਼ਰਵ ਵਿੱਚ ਤਰਲ ਰੱਖਦਾ ਹੈ ਅਤੇ ਟੋਇਲਟ ਨਾਲ ਜੁੜਿਆ ਹੁੰਦਾ ਹੈ। ਨੈਕਸਟ ਵੈਲ ਫਲੱਸ਼ਿੰਗ ਬਾਰੇ ਗੱਲ ਕਰਾਂਗੇ। ਇਟ ਇਜ਼ ਕਾਮਨਲੀ ਸੂਟੇਬਲ ਵੈਨ ਇੰਸਟਾਲ ਐਟ ਅ ਹਾਈਟ। ਦਿਸ ਇਜ਼ ਮੇਡ ਆਫ ਕਾਸਟ ਆਇਰਨ ਵਿਦ ਦਾ ਕੈਪੇਸਿਟੀ ਆਫ 5 to 15 liters। ਵੈਲ ਫਲੱਸ਼ਿੰਗ ਸਿਸਟਮ ਸਿਰਫ ਉਦੋਂ ਉਚਿਤ ਹੁੰਦੇ ਹਨ ਇੱਕ ਉਚਾਈ 'ਤੇ ਸਥਾਪਿਤ ਕੀਤਾ ਜਾਂਦਾ ਹੈ। ਇਹ 5 to 15 liters ਦੀ ਸਮਰੱਥਾ ਵਾਲਾ ਕਾਸਟ ਆਇਰਨ ਦਾ ਬਣਿਆ ਹੁੰਦਾ ਹੈ। ਹੁਣ ਅਸਲ ਵਿੱਚ ਇਹ ਪੁਰਾਣੀ ਇਮਾਰਤਾਂ ਵਿੱਚ ਪਾਏ ਜਾਂਦੇ ਹਨ। ਇਹ ਅਜੇ ਵੀ ਪੁਰਾਣੀਆਂ ਫੈਕਟਰੀਆਂ ਜਿਵੇਂ ਕਿ ਸਕੂਲ ਅਤੇ ਅਜਿਹੀਆਂ ਸਥਾਪਿਤ ਇਮਾਰਤਾਂ ਵਿੱਚ ਪਾਈਆਂ ਜਾ ਸਕਦਾ ਹੈ। ਇਸ ਵਿੱਚ ਇੱਕ ਘੰਟੀ ਹੁੰਦੀ ਹੈ ਜੋ ਲੀਵਰ ਰਾਹੀਂ ਫਲੱਸ਼ਿੰਗ ਚੇਨ ਨਾਲ ਜੁੜੀ ਹੁੰਦੀ ਹੈ। ਜਦੋਂ ਚੇਨ ਖਿੱਚੀ ਜਾਂਦੀ ਹੈ ਤਾਂ ਘੰਟੀ ਚੁੱਕੀ ਜਾਂਦੀ ਹੈ ਅਤੇ ਟੈਂਕੀ ਵਿਚਲਾ ਪਾਣੀ ਸਿਫਨ ਐਕਸ਼ਨ ਦੁਆਰਾ ਫਲੱਸ਼ਿੰਗ ਪਾਈਪ ਦੁਆਰਾ ਨਿਕਲ ਜਾਂਦਾ ਹੈ। ਫਲੋਟ ਵਾਲਵ ਅੰਦਰਲੇ ਪਾਣੀ ਨੂੰ ਸਿਸਟਮ ਵਿੱਚ ਜਾਣ ਦੀ ਆਗਿਆ ਦਿੰਦਾ ਹੈ। ਇੱਕ ਵਾਰ ਜਦੋਂ ਪਾਣੀ ਪਾਈਪ ਦੇ ਹੇਠਾਂ ਜਾਣ ਲੱਗ ਜਾਂਦਾ ਹੈ ਤਾਂ ਇਹ ਸਿਫਨ ਪ੍ਰਭਾਵ ਸ਼ੁਰੂ ਕਰਦਾ ਹੈ। ਸਿਸਟਮ ਖਾਲੀ ਹੋਣ ਵਿੱਚ ਕੁਝ ਸੈਕਿੰਡ ਲੈਂਦਾ ਹੈ, ਜਿਸ ਨਾਲ ਹੇਠਾਂ WC ਵਿੱਚ ਇੱਕ ਸ਼ਕਤੀਸ਼ਾਲੀ ਫਲੱਸ਼ ਹੁੰਦਾ ਹੈ। ਪਾਣੀ ਨੂੰ ਫਲੱਸ਼ ਪਾਈਪ ਤੋਂ ਬਾਹਰ ਕੱਢਣ ਤੋਂ ਬਾਅਦ ਚੈਨ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਇਸ ਸਿਸਟਮ ਨੂੰ ਇੱਕ ਬਾਲ ਵਾਲਵ ਦੁਆਰਾ ਪਾਣੀ ਸਪਲਾਈ ਕੀਤੀ ਜਾਂਦੀ ਹੈ। ਜਦੋਂ ਸਿਸਟਮ ਭਰਿਆ ਜਾਂਦਾ ਹੈ, ਪਾਣੀ ਸਿਸਟਮ ਵਿੱਚ ਦਾਖਲ ਹੋਣਾ ਆਟੋਮੈਟਿਕ ਬੰਦ ਹੋ ਜਾਂਦਾ ਹੈ ਅਤੇ ਖਾਲੀ ਹੋਣ 'ਤੇ ਆਟੋਮੈਟਿਕ ਖੁੱਲ੍ਹ ਜਾਂਦਾ ਹੈ। ਇਸ ਵਿੱਚ ਇੱਕ ਓਵਰਫਲੋ ਪਾਣੀ ਵਾਲੀ ਪਾਈਪ ਵੀ ਫਿੱਟ ਕੀਤੀ ਜਾਂਦੀ ਹੈ। ਜੇਕਰ ਬਾਲ ਕੋਕ ਕੰਮ ਕਰਨਾ ਬੰਦ ਕਰ ਦੇਵੇ ਤਾਂ ਓਵਰਫਲੋ ਤੋਂ ਬਚਣ ਲਈ ਇਹ ਉਪਯੋਗੀ ਹੁੰਦੀ ਹੈ। ਫਲੱਸ਼ ਟੈਂਕ ਬਾਰੇ ਬਹੁਤ ਹੀ ਵਧੀਆ ਲਿਖਿਆ ਹੋਇਆ ਹੈ, ਡਾਇਗਰਾਮ 'ਚ ਵੀ ਬਹੁਤ ਵਧੀਆ ਸ਼ੋਅ ਕੀਤਾ ਹੈ। ਸੋ ਆਈ ਹੋਪ ਤੁਹਾਨੂੰ ਮੇਰਾ ਟੌਪਿਕ ਵਧੀਆ ਲੱਗਿਆ ਹੋਏਗਾ। ਥੈਂਕ ਯੂ ਸੋ ਮਚ।